ਤੁਸੀਂ ਬੜਾ ਹੀ ਮਨਮੋਹਕ ਗਾਣਾ ਇੱਕ ਵਾਈਨ ਗਲਾਸ ਨਾਲ ਪੈਦਾ ਕਰ ਸਕਦੇ ਹੋ। ਵਾਈਨ ਦੇ ਗਲਾਸ ਵਿੱਚ ਥੋੜ੍ਹਾ ਪਾਣੀ ਭਰੋ ਅਤੇ ਆਪਣੀ ਇੱਕ ਉਂਗਲ ਦੇ ਨਾਲ ਉਸ ਆਪਣੀ ਇੱਕ ਉਂਗਲ ਨੂੰ ਗਿੱਲਾ ਕਰਕੇ ਇੱਕ ਕੱਪੜੇ ਨਾਲ ਸਾਫ਼ ਕਰੋ। ਹੁਣ ਆਪਣੀ ਉਂਗਲੀ ਨੂੰ ਗਲਾਸ ਦੇ ਮੂੰਹ 'ਤੇ ਰਗੜੋ ਤਾਂ ਜੋ ਉਹ ਗਾਣਾ ਵੱਜੇ। ਹੁਣ ਗਲਾਸ ਵਿੱਚ ਥੋੜ੍ਹਾ ਹੋਰ ਪਾਣੀ ਪਾਓ। ਹੁਣ ਆਪਣੀ ਉਂਗਲੀ ਨੂੰ ਫਿਰ ਰਗੜ ਕੇ ਅਲੱਗ ਕਿਸਮ ਦਾ ਸੰਗੀਤ ਵਜਾਓ। ਹੁਣ ਇਹ ਥੋੜ੍ਹਾ ਘੱਟ ਤਿੱਖਾ ਗਾਣਾ ਹੋਵੇਗਾ। ਹੁਣ ਥੋੜ੍ਹਾ ਹੋਰ ਪਾਣੀ ਪਾ ਕੇ ਪ੍ਰਯੋਗ ਦੁਹਰਾਓ। ਹੁਣ ਗਾਣੇ ਨੂੰ ਹੋਰ ਵੀ ਗਾਣਾ ਹੋਰ ਵੀ ਘੱਟ ਤਿੱਖਾ ਹੋਵੇਗਾ। ਹੁਣ ਗਲਾਸ ਵਿੱਚੋਂ ਸਾਰਾ ਪਾਣੀ ਕੱਢ ਦਿਓ। ਹੁਣ ਇਸ ਵਾਰੀ ਆਪਣੀ ਉਂਗਲ ਰਗੜਨ ਤੁਹਾਨੂੰ ਸਭ ਤੋਂ ਵੱਧ ਤਿੱਖਾ ਸੁਰ ਸੁਣਨ ਨੂੰ ਮਿਲੇਗਾ। ਇੱਥੇ ਤੁਸੀਂ ਕੁਝ ਲੜਕੀਆਂ ਨੂੰ ਗਾਣਾ ਵਜਾਉਂਦੇ ਅਤੇ ਮਜ਼ੇ ਕਰਦੇ ਵੇਖ ਸਕਦੇ ਹੋ।